ਰੋਪੜ ਵਿੱਚ ਬੀਤੇ ਦਿਨੇ ਇੱਕ ਲੜਕੀ ਅਚਾਨਕ ਲਾਪਤਾ ਹੋ ਗਈ। ਲੜਕੀ ਦੇ ਪਿਤਾ ਦਾ ਕਹਿਣਾ ਸੀ ਕਿ ਉਸ ਦੀ ਲੜਕੀ ਨੂੰ ਪੱਤਰਕਾਰ ਸ਼ਮਸ਼ੇਰ ਬੱਗਾ ਨੇ ਅਗਵਾ ਕੀਤਾ, ਜਦਕਿ ਇਹ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦੇ ਸਨ। ਲੜਕੀ ਅਗਲੇ ਦਿਨ ਆਪਣੀ ਮਾਂ ਦੇ ਘਰੋਂ ਮਿਲੀ। ਦਰਅਸਲ ਲੜਕੀ ਦੇ ਮਾਤਾ ਦਾ ਤਲਾਕ ਹੋਇਆ ਸੀ ਅਤੇ ਲੜਕੀ ਦੇ ਪਿਤਾ ਨੂੰ ਉਹ ਬਿਨਾਂ ਦੱਸੇ ਹੀ ਘਰ ਤੋਂ ਚਲੀ ਗਈ। ਇਸ ਸੰਬੰਧੀ ਰੋਪੜ ਦੇ MLA ਅਮਰਜੀਤ ਸਿੰਘ ਸੋਦੀਆ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਪੱਤਰਕਾਰ ਸ਼ਮਸ਼ੇਰ ਬੱਗਾ ਨੂੰ ਫੋਨ ਤੇ ਧਮਕੀ ਵੀ ਦਿੱਤੀ, ਉਹ ਵੀ ਬਿਨਾਂ ਖਬਰ ਦੀ ਜਾਂਚ ਪੜਤਾਲ ਕਰੇ। ਹੁਣ ਪੱਤਰਕਾਰ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਇਸ ਸਾਰੇ ਮਾਮਲੇ ਸੰਬੰਧੀ ਕਾਰਵਾਈ ਕਰਕੇ ਦੋਸ਼ੀ MLA ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ।